ਯਾਰ ਮਹਿੰਗਾਈ ਅਸਮਾਨ ਨੂੰ ਜਾ ਲੱਗੀ ਆ। ਹਾਂਜੀ ਹਰ ਚੀਜ਼ ਮਹਿੰਗੀ, ਪੈਟਰੋਲ ਮਹਿੰਗਾ, ਆਟਾ ਮਹਿੰਗਾ, ਘਿਓ ਮਹਿੰਗਾ। ਉਹ ਕੱਲ ਮੈਂ ਇੱਕ ਆਟਾ ਲੈਣ ਗਿਆ ਜੀ, ਮੈਂ ਕਿਹਾ ਜੀ 1 ਕਿਲੋ ਆਟਾ ਦਿਓ, ਕਹਿੰਦਾ 80 ਰੁਪਏ ਕਿਲੋ। ਮੈਂ ਕਿਹਾ ਯਾਰ ਐਡਾ ਮਹਿੰਗਾ, ਕਹਿੰਦਾ ਚੱਲ ਲੱਗੇ ਹੋ। ਉਹ ਅਗਲੀ ਦੁਕਾਨ ਤੇ ਗਿਆ ਤੇ ਉਹ ਕਹਿੰਦਾ 100 ਰੁਪਏ ਕਿਲੋ। ਮੈਂ ਕਿਹਾ ਯਾਰ ਕਮਾਲ ਆ, ਉਹ 80 ਰੁਪਏ ਦੇ ਰਿਹਾ, ਤੂੰ 100 ਰੁਪਏ ਦੇ ਰਿਹਾ। ਕਹਿੰਦਾ ਚੱਲ ਪਿੱਛੇ ਹੋ, ਅਸੀਂ ਤੇ ਅੱਗੇ ਪਿੱਛੇ ਕਿਉਂ ਜੇ ਲੈਣ ਦਾ। ਇਹ ਖੂਬਸੂਰਤ ਮਰੋ ਪਾਕਿਸਤਾਨ ਹੈ ਭਾਈ, ਯਾ ਮਸਾ 150 ਰੁਪਏ ਕਿਲੋ ਬਗੈਰ ਤੀ ਆਮ। ਯਾਰ ਸਾਰੀ ਬਾਤੇ ਛੋੜੋ, ਮੈਨੂੰ ਇਹ ਬਤਾਓ ਆਜ ਦੇ ਦੌਰ ਮੇਂ ਖੁਸ਼ ਔਰ ਸਿਹਤਮੰਦ ਕੈਸੇ ਰਹਾ ਜਾ ਸਕਦਾ। ਇਹ ਵੀ ਕੋਈ ਪੁੱਛਣੇ ਵਾਲੀ ਗੱਲ ਹੈ, ਉਹ ਜੈਸੇ ਮੇਰਾ ਮਾਮਾ ਰਹਿੰਦਾ ਹੈ ਜੀ, ਨਾ ਉਸੇ ਸਿਹਤ ਦੀ ਕੋਈ ਫਿਕਰ ਹੈ, ਨਾ ਹੀ ਉਸੇ ਮਹਿੰਗਾਈ ਦੀ ਕੋਈ ਫਿਕਰ ਹੈ। ਕਿਆ ਤੁਹਾਡਾ ਮਾਮਾ ਕੋਈ ਸਰਕਾਰੀ ਅਫਸਰ ਹੈ? ਨਾ ਜੀ ਨਾ, ਕੀ ਕਰ ਗੱਲ ਕਰਦੇ ਹੋ ਭਾਜੀ? ਕਿਆ ਤੁਹਾਡਾ ਮਾਮਾ ਦੌਲਤ ਮੰਗਦਾ ਹੈ ਤਾਂ ਬਿਜ਼ਨਸ ਮੈਨ ਹੈ ਕਿਆ? ਨਾ 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 ਨਾ, ਕੀ ਪੇ ਗੱਲ ਕਰਦੇ ਹੋ ਭਾਜੀ? ਨਾ 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 ਨਹੀਂ, ਕੋਈ ਤੁਹਾਡਾ ਮਾਮਾ ਕੋਈ ਸਿਆਸਤਦਾਨ ਹੈ ਜਾਂ ਸਿਆਸੀ ਲੀਡਰ ਹੈ? ਉਹ ਨਹੀਂ ਭਾਜੀ, ਕੀ ਵੀ ਗੱਲ ਕਰਦੇ ਹੋ? ਨਹੀਂ ਨਹੀਂ, ਕਿਸਮਤ ਕਿਸਮਤ ਮੇਂ ਐਸੀ ਯਾਸ਼ੀਆਂ ਕਾ।